ਕੀ ਹਾਲਾਤ ਹੈ ਇਸ ਟਾਈਮ ਉੱਧਰ ਪਿੰਡ ਦੇ? ਬਹੁਤ ਮਾੜੇ ਜੀ। ਕਿੰਨਾ ਕੁ ਪਾਣੀ ਜਿਹੜਾ ਚੜਿਆ ਹੈ? ਪਾਣੀ ਜਨਾਬ ਜੀ 8-10 ਫੁੱਟ ਪਹੁੰਚਿਆ ਪਿਆ ਜੀ। ਪਾਣੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਜੀ, ਮੱਝਾਂ ਗਾਵਾਂ ਤੋਂ ਵੀ ਸਾਰੇ ਵੱਲੋਂ ਵੀ ਪਰੇਸ਼ਾਨੀ ਹੈ। ਕੋਈ ਤਾਂ ਸਾਧਨ ਨਹੀਂ ਜਾ ਰਿਹਾ ਜੀ, ਕੋਈ ਵਹੀਕਲ ਨਹੀਂ, ਕੁਛ ਨਹੀਂ। ਆਪਦਾ ਲੰਘਣਾ ਮੁਸ਼ਕਿਲ ਹੋਵੇ, ਵਹੀਕਲ ਦਾ ਦੂਰ ਦੀ ਗੱਲ ਹੈ ਜੀ। ਤਾਂ ਪ੍ਰਸ਼ਾਸਨ ਨੇ ਪਹਿਲਾਂ ਅਲਰਟ ਨਹੀਂ ਕੀਤਾ ਸੀਗਾ ਕਿ ਪਾਣੀ ਜਿਹੜਾ ਆ ਰਿਹਾ ਤੁਸੀਂ ਘਰ ਭਾਈ ਖਾਲੀ ਕਰ ਦਿਓ? 1-2 ਦਿਨ ਇਹਨਾਂ ਨੇ ਪਹਿਲਾਂ ਨਹੀਂ ਦੱਸਿਆ, ਕਿਸੇ ਨੂੰ ਮੰਗ ਕੀਤੀ ਜਾਂ ਕਿੱਦਾਂ ਵੀ, ਕੋਈ ਇੱਦਾਂ ਨੇ ਸਾਨੂੰ ਕਿਸੇ ਨੇ ਮਤਲਬ ਖਬਰ ਨਹੀਂ ਪਹੁੰਚਾਈ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਜਾਂ ਕਿੱਦਾਂ ਵੀ, ਕੋਈ ਵੀ ਇੱਦਾਂ ਦਾ ਕੋਈ ਚਾਂਸ ਨਹੀਂ। ਤਾਂ ਕਿੰਨੇ ਕੁ ਪਰਿਵਾਰ ਜਿਹੜੇ ਹੁਣ ਇਸ ਟਾਈਮ ਉੱਤੇ ਫਸੇ ਹੋਏ ਆ? ਬਹੁਤ ਜੀ, 25-30 ਪਿੰਡ ਜੀ ਜਿਹੜੇ ਇਸ ਟਾਈਮ ਦੇ ਘਰਾਂ ਦੇ ਉੱਤੇ ਛੱਤਾਂ 'ਤੇ ਬੈਠੇ ਜੀ। ਉਹਨਾਂ ਦੇ ਘਰ ਆਉਣਾ ਜਾਣਾ ਮੁਸ਼ਕਿਲ ਤੱਕ, ਕਈ ਦੂਜਾ ਕਮਰੇ ਡਿੱਗੀ ਜਾਂਦੇ, ਉੱਪਰ ਡਿੱਗੀ ਜਾਂਦੇ ਆ, ਪਾਣੀ ਤਾਂ ਕੁਛ ਕਿਸੇ ਤਰ੍ਹਾਂ ਦੀ ਚੀਜ਼ ਦੀ ਉੱਥੇ ਕੁਛ ਨਹੀਂ ਆ। ਅਸੀਂ ਜੀ 1988 ਦੇ ਵਿੱਚ ਵੀ ਪਾਣੀ ਵੇਖਿਆ, 1988 ਨਾਲੋਂ ਵੀ ਜ਼ਿਆਦਾ ਪਾਣੀ ਆ ਗਿਆ ਜੀ ਇੱਥੇ, ਬਹੁਤ ਜ਼ਿਆਦਾ। ਅਤੇ ਇੱਥੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਜੀ। ਇੱਥੇ ਕੋਈ ਸਹੂਲਤ ਨਹੀਂ ਇਹਨਾਂ ਦੇ ਕੋਲ, ਉਹ ਵੇਖੋ ਨਿੱਕੀ ਜੀ ਬੇੜੀ ਜੀ ਆ, ਉਹ ਜਿਹੜੇ ਬੱਚਿਆਂ ਦੇ ਖਿਡੌਣੇ ਹੁੰਦੇ ਨੇ, ਬੱਚਿਆਂ ਦੇ ਖੇਡਣ ਵਾਸਤੇ ਖਿਡੌਣੇ, ਉਹਨਾਂ ਦੇ ਉੱਤੇ 4 ਲੱਖ ਰੱਖ ਕੇ ਲਿਜਾਂਦੇ ਪੈਣੇ। ਇੱਥੇ ਕੋਈ ਚਾਹੀਦਾ ਸਰਕਾਰ ਨੂੰ, ਹੁਣੇ ਸਰਕਾਰ ਨੂੰ ਚਾਹੀਦਾ ਜਾਣ ਕੇ ਪ੍ਰਸ਼ਾਸਨ ਇੱਥੇ ਆਵੇ ਅਤੇ ਲੋਕਾਂ ਦੀ ਸਾਰ ਲਵੇ ਜੀ। ਜਿੰਨੇ ਲੋਕ ਨੇ ਸਾਰੇ ਬੜੇ ਪਰੇਸ਼ਾਨੀ ਨਾਲ ਨੇ, ਅਤੇ ਸਮਾਨ ਵੀ ਵਿੱਚੇ ਪਏ ਨੇ। ਸਮਾਨ ਤਾਂ ਘਰ ਦਾ ਮੁੰਡਾ ਹੀ ਥੋੜ੍ਹਾ ਹੈ, ਅੱਗੇ ਹੁੰਦੀ ਸੀ 1-2 ਮੰਜੀ ਚੁੱਕੀ ਅਤੇ ਚਲੋ ਜੀ ਪਾਰ। ਹੁਣ ਤਾਂ ਨਾ ਫਰਿੱਜ ਪਈ ਹੈ, ਕੂਲਰ ਪਿਆ, ਕੋਈ ਸਮਾਨ ਚਾਹੁੰਦਾ ਹੀ ਨਹੀਂ, ਅੰਦਰ ਹੀ ਪੈ ਰਹੇ ਪਾਣੀ ਉਹਨਾਂ ਦੇ ਵਿੱਚ ਪਿਆ, ਨਹੀਂ ਕੋਈ, ਬਹੁਤ ਪਾਣੀ ਜ਼ਿਆਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਰਖਾਵ TV ਅਤੇ ਮੈਂ ਹਾਂ ਪਰਮਜੀਤ ਸਖਾਣਾ। ਪੰਜਾਬ ਭਰ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਅਗਰ ਗੱਲ ਕਰੀਏ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ, ਤਾਂ ਫਿਰੋਜ਼ਪੁਰ ਵਿੱਚ ਵੀ ਕਈ ਪਿੰਡ ਜਿਹੜੇ ਆ ਉਹ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਆ। ਅਸੀਂ ਇਸ ਵੇਲੇ ਸ਼ਹੀਦੀ ਸਮਾਰਕ 'ਤੇ ਮੌਜੂਦ ਹਾਂ, ਜਿੱਥੇ ਇੱਕ ਪਾਸੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸਮਾਧ ਹੈ, ਅਤੇ ਦੂਸਰੇ ਪਾਸੇ ਇਹ ਪਾਰਕ ਬਣਿਆ ਹੋਇਆ। ਤਾਂ ਪਾਣੀ ਜਿਹੜਾ ਸਤਲੁਜ ਇੰਨੀ ਮਾਰ ਕਰ ਰਿਹਾ ਫਿਰੋਜ਼ਪੁਰ ਵਿੱਚ ਕਿ ਸ਼ਹੀਦੀ ਸਮਾਰਕ ਤੱਕ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ। ਕਈ ਪਰਿਵਾਰ ਜਿਹੜੇ ਹਾਲੇ ਵੀ ਦੱਸਿਆ ਜਾ ਰਿਹਾ ਨਾਲ ਦੇ ਪਿੰਡਾਂ ਦੇ ਕਈ ਪਰਿਵਾਰ ਜਿਹੜੇ ਉਹ ਪਾਣੀ ਵਿੱਚ ਫਸੇ ਹੋਏ ਆ। ਨਾਲ ਹੀ ਪਿੰਡ ਗੱਟੀ ਰਾਜੋਕੇ ਦੇ ਨਾਲ ਕਰੀਬ 22 ਪਿੰਡ ਜਿਹੜੇ ਦੱਸੇ ਜਾ ਰਹੇ ਆ ਹੜ੍ਹ ਦੀ ਮਾਰ ਹੇਠ ਆ ਚੁੱਕੇ ਆ, ਜਿਨ੍ਹਾਂ ਦੇ ਬਾਹਰ ਨਿਕਲਣ ਲਈ ਕੋਈ ਰਸਤਾ ਤੱਕ ਨਹੀਂ ਬਚਿਆ। ਆਰਮੀ ਵੱਲੋਂ ਰੈਸਕਿਊ ਕਰਕੇ ਉਹਨਾਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਬਿਲਕੁਲ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸ਼ਹੀਦੀ ਸਮਾਰਕ ਦੀਆਂ ਹਨ, ਜਿੱਥੋਂ ਦੇ ਪਾਰਕ ਵਿੱਚ ਪਾਣੀ ਜਿਹੜਾ ਉਹ ਨੱਕੋ ਨੱਕ ਭਰ ਚੁੱਕਿਆ। ਤਾਂ ਸਾਹਮਣੇ ਬਿਲਕੁਲ ਸਟੇਡੀਅਮ ਬਣਿਆ ਹੋਇਆ, ਤਾਂ ਉੱਥੇ ਪਸ਼ੂ ਜਿਹੜੇ ਇਹਨਾਂ ਲੋਕਾਂ ਨੇ ਲਿਆ ਕੇ ਬੰਨੇ ਸੀਗੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਪਾਣੀ ਜਿਹੜਾ ਉਹ ਇੱਥੇ ਵੀ ਪਹੁੰਚ ਜਾਵੇਗਾ। ਤਾਂ ਦੂਸਰੀ ਸਾਈਡ ਪਸ਼ੂ ਜਿਹੜੇ ਉਹ ਪਾਣੀ ਵਿੱਚ ਫਸੇ ਹੋਏ ਆ, ਜਿਨ੍ਹਾਂ ਲਈ ਚਾਰਾ ਜਿਹੜੇ ਸਮਾਜ ਸੇਵੀ ਵੀਰ ਆ ਉਹਨਾਂ ਵੱਲੋਂ ਪਸ਼ੂਆਂ ਦੇ ਖਾਣ ਲਈ ਚਾਰਾ ਜਿਹੜਾ ਉਹ ਲਿਆਂਦਾ ਗਿਆ। ਤਾਂ ਚਾਰਾ ਜਿਹੜਾ ਉਹ ਇੱਕ ਬੇੜੀ 'ਤੇ ਰੱਖ ਕੇ ਲਿਜਾਇਆ ਜਾ ਰਿਹਾ। ਲੋਕਾਂ ਨਾਲ ਗੱਲਬਾਤ ਵੀ ਕੀਤੀ ਆ, ਤਾਂ ਲੋਕਾਂ ਦਾ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਹਾਲੇ ਉਹਨਾਂ ਨੂੰ ਕੋਈ ਪੁਖਤਾ ਪ੍ਰਬੰਧ ਜਿਹੜਾ ਨਹੀਂ ਕੀਤਾ ਗਿਆ। ਇੱਕ ਪਾਰਕ ਦੀ ਬੇੜੀ ਹੈ, ਤਾਂ ਉਸ 'ਤੇ ਜਿਹੜਾ ਚਾਰਾ ਉਹ ਲਿਜਾਇਆ ਜਾ ਰਿਹਾ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਕੀ ਹਾਲਾਤ ਜਿਹੜੇ ਆ ਉਹ ਇਹਨਾਂ ਲੋਕਾਂ ਦੇ ਬਣੇ ਹੋਏ ਆ। ਤਾਂ ਇੱਕ ਬੇੜੀ ਦੇ ਰਾਹੀਂ ਜਿਹੜਾ ਚਾਰਾ ਲੈ ਕੇ ਜਾਇਆ ਜਾ ਰਿਹਾ, ਤਾਂ ਨੱਕੋ ਨੱਕ ਪਾਣੀ ਜਿਹੜਾ ਉਹ ਭਰਿਆ ਹੋਇਆ। ਸਾਡਾ ਇੱਥੇ ਕੁਝ ਲੋਕ ਵੀ ਮੌਜੂਦ ਆ, ਗੱਲਬਾਤ ਕਰਾਂਗੇ। ਵੀਰ, ਨਾਮ ਕੀ ਆ ਤੁਹਾਡਾ? ਮੇਰਾ ਵੀਰ ਸੁਖਦੇਵ ਸਿੰਘ। ਸੁਖਦੇਵ, ਕਿਹੜਾ ਪਿੰਡ ਆ ਤੁਹਾਡਾ? ਪਿੰਡ ਆਪਣਾ ਝੁੱਗੇ ਯਾਰਾ ਜੀ। ਕੀ ਹਾਲਾਤ ਆ ਇਸ ਟਾਈਮ ਉੱਧਰ ਪਿੰਡ ਦੇ? ਬਹੁਤ ਮਾੜੇ ਜੀ। ਕਿੰਨਾ ਕੁ ਪਾਣੀ ਜਿਹੜਾ ਚੜਿਆ? ਪਾਣੀ ਜਨਾਬ ਜੀ 8-10 ਫੁੱਟ ਪਹੁੰਚਿਆ ਪਿਆ ਜੀ। ਪਾਣੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਜੀ, ਮੱਝਾਂ ਗਾਵਾਂ ਤੋਂ ਵੀ ਸਾਰੇ ਵੱਲੋਂ ਵੀ ਪਰੇਸ਼ਾਨੀ ਹੈ। ਕੋਈ ਤਾਂ ਸਾਧਨ ਨਹੀਂ ਜਾ ਰਿਹਾ ਜੀ, ਕੋਈ ਵਹੀਕਲ ਨਹੀਂ, ਕੁਛ ਨਹੀਂ। ਆਪਦਾ ਲੰਘਣਾ ਮੁਸ਼ਕਿਲ ਹੋਵੇ, ਵਹੀਕਲ ਦਾ ਦੂਰ ਦੀ ਗੱਲ ਹੈ ਜੀ। ਸਾਰੇ ਪਸ਼ੂਆਂ ਦਾ ਔਖਾ ਹੋਇਆ ਪਿਆ ਜੀ, ਬਹੁਤ ਜ਼ਿਆਦਾ ਜੀ। ਕੋਈ ਇੱਥੇ ਬੇੜੀ ਨਹੀਂ, ਕੋਈ ਕਿਸ਼ਤੀ ਨਹੀਂ, ਕੋਈ ਕਿਸੇ ਤਰ੍ਹਾਂ ਦੀ ਚੀਜ਼ ਦੀ ਵੀ ਇੱਥੇ ਸਹੂਲਤ ਨਹੀਂ ਹੈਗੀ। ਹਾਂਜੀ। ਤਾਂ ਪ੍ਰਸ਼ਾਸਨ ਨੇ ਪਹਿਲਾਂ ਅਲਰਟ ਨਹੀਂ ਕੀਤਾ ਸੀਗਾ ਕਿ ਪਾਣੀ ਜਿਹੜਾ ਆ ਰਿਹਾ ਤੁਸੀਂ ਘਰ ਭਾਈ ਖਾਲੀ ਕਰ ਦਿਓ? 1-2 ਦਿਨ ਇਹਨਾਂ ਨੇ ਪਹਿਲਾਂ ਨਹੀਂ ਦੱਸਿਆ, ਕਿਸੇ ਨੂੰ ਮੰਗ ਕੀਤੀ ਜਾਂ ਕਿੱਦਾਂ ਵੀ, ਕੋਈ ਇੱਦਾਂ ਨੇ ਸਾਨੂੰ ਕਿਸੇ ਨੇ ਮਤਲਬ ਖਬਰ ਨਹੀਂ ਪਹੁੰਚਾਈ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਜਾਂ ਕਿੱਦਾਂ ਵੀ, ਕੋਈ ਵੀ ਇੱਦਾਂ ਦਾ ਕੋਈ ਚਾਂਸ ਨਹੀਂ। ਤਾਂ ਕਿੰਨੇ ਕੁ ਪਰਿਵਾਰ ਜਿਹੜੇ ਹੁਣ ਇਸ ਟਾਈਮ ਉੱਤੇ ਫਸੇ ਹੋਏ ਆ? ਬਹੁਤ ਜੀ, 25-30 ਪਿੰਡ ਜੀ ਜਿਹੜੇ ਇਸ ਟਾਈਮ ਦੇ ਘਰਾਂ ਦੇ ਉੱਤੇ ਛੱਤਾਂ 'ਤੇ ਬੈਠੇ ਜੀ। ਉਹਨਾਂ ਦੇ ਘਰ ਆਉਣਾ ਜਾਣਾ ਮੁਸ਼ਕਿਲ ਤੱਕ, ਕਈ ਦੂਜਾ ਕਮਰੇ ਡਿੱਗੀ ਜਾਂਦੇ, ਉੱਪਰ ਡਿੱਗੀ ਜਾਂਦੇ ਆ, ਪਾਣੀ ਤਾਂ ਕੁਛ ਕਿਸੇ ਤਰ੍ਹਾਂ ਦੀ ਚੀਜ਼ ਦੀ ਉੱਥੇ ਕੁਛ ਨਹੀਂ ਆ। ਤਾਂ ਬਿਲਕੁਲ ਕੋਈ ਵੀ ਚੀਜ਼ ਉਹਨਾਂ ਲੋਕਾਂ ਤੱਕ ਨਹੀਂ ਪਹੁੰਚ ਰਹੀ। ਇਹ ਹਾਲਾਤ ਜਿਹੜੇ ਆ ਫਿਰੋਜ਼ਪੁਰ ਦੇ ਬਣੇ ਹੋਏ ਆ। ਸਾਡੇ ਨਾਲ ਕੁਝ ਹੋਰ ਲੋਕ ਮੌਜੂਦ ਆ ਜਿਹੜੇ ਇੱਥੇ ਆਏ ਹੋਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਕੀ ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਮੌੜ ਸਿੰਘ ਹੈ, ਮੈਂ ਸਾਬਕਾ ਸਰਪੰਚ ਹਾਂ ਪਿੰਡ ਚੂੜ ਖਲ ਚੀਆਂ। ਸਰਪੰਚ ਸਾਹਿਬ, ਕਿਵੇਂ ਦੇਖਦੇ ਹੋ ਹਾਲਾਤਾਂ ਨੂੰ? ਲਗਾਤਾਰ ਹੀ ਪਾਣੀ ਦਾ ਪੱਧਰ ਜਿਹੜਾ ਵੱਧਦਾ ਜਾ ਰਿਹਾ।
ਅਸੀਂ ਜੀ 1988 ਦੇ ਵਿੱਚ ਵੀ ਪਾਣੀ ਵੇਖਿਆ, 1988 ਨਾਲੋਂ ਵੀ ਜ਼ਿਆਦਾ ਪਾਣੀ ਆ ਗਿਆ ਜੀ ਇੱਥੇ, ਬਹੁਤ ਜ਼ਿਆਦਾ। ਅਤੇ ਇੱਥੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਜੀ, ਇੱਥੇ ਕੋਈ ਸਹੂਲਤ ਨਹੀਂ ਇਹਨਾਂ ਦੇ ਕੋਲ। ਉਹ ਵੇਖੋ ਨਿੱਕੀ ਜੀ ਬੇੜੀ ਜੀ ਆ, ਉਹ ਜਿਹੜੇ ਬੱਚਿਆਂ ਦੇ ਖਿਡੌਣੇ ਹੁੰਦੇ ਨੇ, ਬੱਚਿਆਂ ਦੇ ਖੇਡਣ ਵਾਸਤੇ ਖਿਡੌਣੇ, ਉਹਨਾਂ ਦੇ ਉੱਤੇ ਚਾਰ ਰੱਖ ਰੱਖ ਕੇ ਲਿਜਾਂਦੇ ਪੈਣੇ। ਇੱਥੇ ਕੋਈ ਚਾਹੀਦਾ ਸਰਕਾਰ ਨੂੰ, ਹੁਣੇ ਸਰਕਾਰ ਨੂੰ ਚਾਹੀਦਾ ਜਾਣ ਕੇ ਪ੍ਰਸ਼ਾਸਨ ਇੱਥੇ ਆਵੇ ਅਤੇ ਲੋਕਾਂ ਦੀ ਸਾਰ ਲਵੇ ਜੀ। ਬੇਨਤੀ ਹੈ ਸਰਕਾਰ ਨੂੰ ਸਾਡੀ ਇੱਥੇ ਆਵੇ। ਬਿਲਕੁਲ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਤੱਕ ਆਵੇ ਅਤੇ ਇਹਨਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇ। ਤਸਵੀਰਾਂ ਤੁਹਾਡੇ ਨਾਲ ਕੁਝ ਹੋਰ ਵੀ ਸਾਂਝੀਆਂ ਕਰਾਂਗੇ। ਇੱਧਰ ਦੂਸਰੀ ਸਾਈਡ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਜਿਹੜੀ ਸਮਾਧ ਆ ਉਹ ਬਣੀ ਹੋਈ ਆ, ਤਾਂ ਲੋਕ ਜਿਹੜੇ ਆ ਉਹ ਇੱਥੇ ਆ ਕੇ ਬੈਠੇ ਹੋਏ ਆ, ਕਿਉਂਕਿ ਪਿੰਡਾਂ ਵਿੱਚ ਪਾਣੀ ਜਿਹੜਾ ਉਹ ਭਰ ਚੁੱਕਿਆ, ਤਾਂ ਲੋਕਾਂ ਨੂੰ ਪਾਣੀ ਵਿੱਚੋਂ ਨਿਕਲਣਾ ਜਿਹੜਾ ਮੁਸ਼ਕਲ ਹੋ ਗਿਆ ਸੀਗਾ, ਤਾਂ ਬੇਸ਼ੱਕ ਆਰਮੀ ਵੱਲੋਂ ਰੈਸਕਿਊ ਜਿਹੜੇ ਆ ਉਹ ਕੀਤੇ ਜਾ ਰਹੇ ਆ, ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ। ਸਾਡੇ ਨਾਲ ਇੱਥੇ ਕੁਝ ਬਜ਼ੁਰਗ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਤਸਵੀਰ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਹਾਲਾਤ ਇਹ ਬਣ ਗਏ ਕਿ ਲੋਕਾਂ ਨੂੰ ਪਸ਼ੂ ਤੱਕ ਵੀ, ਲੋਕਾਂ ਨੇ ਪਸ਼ੂ ਤੱਕ ਵੀ ਲਿਆ ਕੇ ਇੱਥੇ ਬੰਨੇ ਹੋਏ ਆ, ਕਿਉਂਕਿ ਪਾਣੀ ਹੀ ਇੰਨਾ ਕਿ ਪਸ਼ੂਆਂ ਨੂੰ ਵੀ ਉੱਥੇ ਛੱਡਿਆ ਜਾ ਨਹੀਂ ਸਕਦਾ ਸੀਗਾ। ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਪਿੰਡਾਂ ਦੇ ਹਾਲਾਤ ਜਿਹੜੇ ਆ ਉਹ ਕੀ ਹੋਣਗੇ। ਸਾਡੇ ਨਾਲ ਬਜ਼ੁਰਗ ਮੌਜੂਦ ਆ, ਗੱਲਬਾਤ ਕਰਾਂਗੇ। ਬਾਪੂ ਜੀ ਨਾਮ ਕੀ ਆ ਤੁਹਾਡਾ? ਹਾਂਜੀ ਬਲਵੀਰ ਸਿੰਘ ਜੀ। ਬਲਵੀਰ ਸਿੰਘ ਜੀ ਕਿਹੜਾ ਪਿੰਡ ਕਿਹੜਾ ਤੁਹਾਡਾ? ਪਿੰਡ ਯਾਰਾ ਜੀ। ਕਿੰਨਾ ਕੁ ਪਾਣੀ ਉੱਥੇ ਇਸ ਟਾਈਮ ਹੈਗਾ? ਪਾਣੀ ਹੈਗਾ ਜੀ 5-6 ਫੁੱਟ ਪਾਣੀ ਹੈਗਾ ਪਿੰਡ ਦੇ ਵਿੱਚ। ਹਾਂ ਪੰਜਾਬ ਮਾਤਾ ਦੇ ਵੀ 7-8 ਫੁੱਟ ਪਾਣੀ ਹੈ, ਬਾਕੀ ਆਸੇ ਪਾਸੇ ਜਿੰਨਾ ਵੀ ਪਾਣੀ 8 ਫੁੱਟ ਕਿਤੇ 9 ਫੁੱਟ ਪਾਣੀ ਇੰਨਾ ਹੈਗਾ। ਤੇ ਕਿੰਨੇ ਕੁ ਪਰਿਵਾਰ ਜਿਹੜੇ ਆ ਇਸ ਟਾਈਮ ਉੱਥੇ ਫਸੇ ਹੋਏ ਆ? ਕਹਿੰਦੇ ਹੁਣ ਤਾਂ ਰਸਤਾ ਵੀ ਜਿਹੜਾ ਉਹ ਬੰਦ ਹੋ ਗਿਆ। ਸਾਰਾ ਯਾਰਾ ਵੀ ਫਸਿਆ, ਜਿੰਨੇ 22 ਪਿੰਡ ਨੇ ਸਾਰੇ ਫਸੇ ਨੇ। ਚੰਦ ਬੰਦੇ ਜਿਹੜੇ ਆ ਥੋੜੇ ਬਾਲੇ ਭੱਜ ਨੱਸ ਕੇ ਆ, ਤਾਂ ਇੱਥੇ ਸਮਾਧੀ 'ਤੇ ਆ ਚੁੱਕੇ ਨੇ। ਬਾਕੀ ਆਪਣੇ ਬੱਚੇ ਲੈ ਕੇ, ਬਾਕੀ ਕਮਾਲ ਪਸ਼ੂ ਵਿੱਚ ਹੀ ਖੜਾ ਹੈ ਪਾਣੀ ਦੇ, ਕੋਈ ਉਹਦਾ ਸਾਰੇ ਜਿੰਨੇ ਛੱਤਾਂ 'ਤੇ ਬੈਠ ਰਹੇ ਨੇ, ਜਿੰਨੇ ਲੋਕ ਨੇ ਸਾਰੇ ਬੜੇ ਪਰੇਸ਼ਾਨੀ ਨਾਲ ਨੇ। ਅਤੇ ਸਮਾਨ ਵੀ ਵਿੱਚੇ ਪਏ ਨੇ, ਸਮਾਨ ਤਾਂ ਕਰਦਾ ਮੁੰਡਾ ਹੀ ਥੋੜ੍ਹਾ ਹੈ। ਅੱਗੇ ਹੁੰਦੀ ਸੀ 1-2 ਮੰਜੀ ਚੁੱਕੀ ਅਤੇ ਚਲੋ ਜੀ ਪਾਰ, ਹੁਣ ਤਾਂ ਨਾ ਫਰਿੱਜ ਪਈ ਹੈ, ਕੂਲਰ ਪਿਆ, ਕੋਈ ਸਮਾਨ ਚਾਹੁੰਦਾ ਹੀ ਨਹੀਂ, ਅੰਦਰ ਹੀ ਪਿਆ ਨੇ ਪਾਣੀ ਉਹਨਾਂ ਦੇ ਵਿੱਚ ਪਿਆ, ਨਹੀਂ ਕੋਈ ਬਹੁਤ ਪਾਣੀ ਜ਼ਿਆਦਾ। ਫਿਰ ਜਿਹੜੇ ਲੋਕ ਫਸੇ ਹੋਏ ਉਹ ਬਾਹਰ ਕਿਵੇਂ ਆ ਰਹੇ? ਹੁਣ ਤਾਂ ਕਹਿੰਦੇ ਰਸਤਾ ਵੀ ਬੰਦ ਹੋ ਗਿਆ, ਦਰਖਤ ਜਿਹੜੇ ਆ ਉਹ ਰਸਤੇ 'ਤੇ ਡਿੱਗ ਚੁੱਕੇ ਆ। ਹਾਂਜੀ ਉਹ ਮਾੜਾ ਮੋਟਾ ਜਿਹੜਾ ਹੈ ਤੁਰ ਕੇ ਪਾਣੀ ਦੇ ਦਰਖਤ ਤੋਂ ਪਾਸਿਓਂ ਦੀ ਸਾਈਡ 'ਤੇ ਜਿਹੜਾ ਤੁਰਨਾ ਜਾਣਦਾ ਉਹ ਆ ਸਕਦੇ ਨੇ, ਔਰਤ ਨਹੀਂ ਆ ਸਕਦੀ ਨਾ ਬੱਚੇ ਆ ਸਕਦੇ ਨੇ, ਬਾਕੀ ਆਪੋ ਆਪਣੀਆਂ ਛੱਤਾਂ 'ਚ ਬੈਠ ਰਹੇ ਨੇ ਟਾਈਮ ਪਾਸ ਕਰਦੇ ਨੇ। ਹਾਂਜੀ ਤਾਂ ਕੋਈ ਉਹਨਾਂ ਤੱਕ ਖਾਣ ਪੀਣ ਦਾ ਰਾਸ਼ਨ ਜਿਹੜਾ ਪਹੁੰਚ ਗਿਆ? ਨਹੀਂ ਪਹੁੰਚਿਆ ਜੀ। ਹਾਂ ਪਿੰਡ ਯਾਰੇ ਨੂੰ ਥੋੜ੍ਹਾ ਜਿਹਾ ਆਪਣੇ ਸੇਵਾਦਾਰ ਆਏ ਨੇ, ਇਹ ਲੰਗਰ ਪਾਣੀ ਦੇ ਆਏ ਨੇ ਜਾਂ ਇੱਥੇ ਸਮਾਧੀ 'ਤੇ, ਬਾਕੀ ਕਿਤੇ ਨਹੀਂ ਗਿਆ, ਨਾ ਜਾ ਸਕਦੇ ਨੇ ਕਿਉਂ ਪਾਣੀ ਦੇ ਵਿੱਚ ਸਾਧੀ ਨਹੀਂ ਹੈ ਜੀ, ਬੇੜੀ ਨਹੀਂ ਹੈ, ਕੋਈ ਸਾਧੇ ਨਹੀਂ ਨਹੀਂ ਜਾਵੇ ਤਾਂ ਕੀ ਦੇ, ਸਾਰੇ ਲੋਕ ਪਰੇਸ਼ਾਨੀ 'ਚ ਬੈਠੇ ਨੇ ਛੱਤਾਂ 'ਤੇ। ਬਿਲਕੁਲ ਪਰਿਵਾਰ ਜਿਹੜੇ ਉਹ ਪਾਣੀ 'ਚ ਫਸੇ ਹੋਏ ਆ, ਇਹ ਕਹਿਣਾ ਇਹਨਾਂ ਲੋਕਾਂ ਦਾ, ਕਿਉਂਕਿ ਇਹ ਖੁਦ ਪਾਣੀ ਵਿੱਚੋਂ ਨਿਕਲ ਕੇ ਬਾਹਰ ਆਇਆ। ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਸ਼ਹੀਦੀ ਸਮਾਰਕ 'ਤੇ ਆ ਕੇ ਸ਼ਰਨ ਜਿਹੜੀ ਆ ਉਹ ਲਈ ਹੋਈ ਆ, ਜ਼ਰੂਰੀ ਸਮਾਨ ਜਿਹੜਾ ਉਹ ਲਿਆ ਕੇ ਇੱਥੇ ਰੱਖਿਆ ਹੋਇਆ। ਤਾਂ ਰਾਤਾਂ ਜਿਹੜੀਆਂ ਅੱਜ ਦਿਨ ਇਹ ਆ ਗਏ ਆ ਕਿ ਇਹਨਾਂ ਲੋਕਾਂ ਨੂੰ ਹੱਸਦੇ ਵੱਸਦੇ ਘਰ ਛੱਡ ਕੇ ਰੋਡ 'ਤੇ ਆਉਣਾ ਪਿਆ, ਰੋਡ ਕਹਿ ਸਕਦੇ ਹਾਂ ਕਿਉਂਕਿ ਸਿਰ 'ਤੇ ਛੱਤ ਹੈ ਨਹੀਂ ਗੀ। ਤਾਂ ਇਹ ਹਾਲਾਤ ਜਿਹੜੇ ਇਹਨਾਂ ਲੋਕਾਂ ਦੇ ਬਣੇ ਆ, ਗੱਲਬਾਤ ਵੀ ਕਰਾਂਗੇ। ਸਾਡੇ ਨਾਲ ਔਰਤਾਂ ਮੌਜੂਦ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਾਤਾ ਜੀ ਨਾਮ ਕੀ ਆ ਤੁਹਾਡਾ? ਕ੍ਰਿਸ਼ਨਾ ਬਾਈ। ਕਿੰਨਾ ਕੁ ਪਾਣੀ ਇਸ ਟਾਈਮ ਉੱਥੇ ਦਾਖਲ ਹੋਇਆ ਪਿੰਡ ਵਿੱਚ, ਅਤੇ ਕਿੰਨੇ ਕੁ ਪਰਿਵਾਰ ਜਿਹੜੇ ਫਸੇ ਹੋਏ ਆ? ਫਸੇ ਹੋਏ ਆ, ਘਰ ਦੇ ਮੈਂਬਰ ਕੋਈ 2 ਰੱਖੇ ਹੋਏ ਨੇ ਉੱਥੇ, ਅਤੇ ਬਾਕੀ ਸਾਰੇ ਇੱਥੇ ਆ ਗਏ। ਹਾਂ ਸਮਾਨ ਛੱਤ ਦੇ ਉੱਤੇ ਰੱਖਿਆ। ਸਮਾਨ ਕੁਛ ਡੁੱਬ ਵੀ ਗਿਆ ਕਹਿੰਦੇ ਪਿੰਡ ਵਿੱਚ? ਥੋੜ੍ਹਾ ਬਹੁਤਾ ਕੋਈ ਵਿੱਚੇ ਰਹਿ ਗਿਆ, ਦਰਾੜਾਂ ਪੈ ਗਈਆਂ ਕਮਰਿਆਂ ਨੂੰ, ਅਤੇ ਬਸ ਕੋਈ ਸਮਾਨ ਲੈ ਆਉਂਦਾ ਕੱਢ ਕੇ ਕੋਈ ਉੱਥੇ ਗਏ। ਪਸ਼ੂ ਕੱਢ ਲਿਆ? ਪਸ਼ੂ ਰਾਤ ਲਿਆਉਂਦੇ ਨੇ, ਪਰ ਉਹ ਵੀ ਭੁੱਖੇ ਖੜ੍ਹੇ ਨੇ ਇੱਥੇ, ਨਾ ਕੋਈ ਪੱਠਾ ਅਤੇ ਨਾ ਕੁਛ, ਨਾ ਕਤੂੜੀ ਮਿਲ ਰਹੀ। ਕੋਈ ਪ੍ਰਸ਼ਾਸਨ ਵੱਲੋਂ ਪਸ਼ੂਆਂ ਲਈ ਖਾਣ ਲਈ ਕੋਈ ਚਾਰੇ ਦਾ ਪ੍ਰਬੰਧ ਨਹੀਂ ਕੀਤਾ ਗਿਆ? ਨਹੀਂ ਕੀਤਾ ਗਿਆ ਜੇ ਤਿੱਕਣ ਉਵੇਂ ਖੜ੍ਹੇ ਨੇ। ਹਾਂ ਤਾਂ ਤੁਸੀਂ ਸੁਣ ਸਕਦੇ ਹੋ, ਪਸ਼ੂ ਵੀ ਜਿਹੜੇ ਆ ਭੁੱਖੇ ਭਾਣੇ ਇੱਥੇ ਵਿਲਕ ਰਹੇ ਆ। ਔਰਤਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਸ਼ੂਆਂ ਲਈ ਚਾਰੇ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ। ਜਿੱਥੇ ਲੋਕ ਭੁੱਖੇ ਭਾਣੇ ਬੈਠੇ ਆ, ਬੇਸ਼ੱਕ ਇੱਥੇ ਕਾਰ ਸੇਵਾ ਵਾਲੇ ਬਾਬੇ ਪਹੁੰਚ ਰਹੇ ਆ, ਉਹਨਾਂ ਵੱਲੋਂ ਸੇਵਾ ਜਿਹੜੀ ਨਿਭਾਈ ਜਾ ਰਹੀ ਆ, ਪਰ ਕਿਤੇ ਨਾ ਕਿਤੇ ਹੜ੍ਹ ਦੀ
मार जी पै रही है तो इन्हों लोगों के अज हालात जोड़े आ बद तो बदतर जोड़े आ वो बने पे आ सो लोड़ है जिला प्रशासन को इन्हों लोगों का साथ देने की जो हड़ा की मार तो ये लोग जोड़े है वो बच सकन। फिरोजपुर कैमरामैन राजवीर के नाल परमजीत सखाणा सुरखाव टीवी।